चलाक नहीं गया रुदियों अख में के प्यारी अम्मा फिजा में पाक लग गया मेरे उजड़न न वेदा आ गई है मैं वेख न मेरा फिरा आवाज पे रोंदे बेंच में लग रहा पाक मोद न करते हुसैन को रहने भी कहते हुसैन बली क्या था शबीरा के वाले मदीना छुपो या मेरी मदीन को मेरा आज तू सब क्या किया शबीरा की मैं मदीना छुपो अली ने दिया दिया बात अब हुसैन मदीना की छुपे तो मेरे को हाड़ी दाल कह के बजे ने शबीरा ने बहन ने बजे ने पुत्रा बजे ने बिना बजे ने बहन बजे ने मेरी धीया बजे ने अली ने दिया कि हुसैन ढेर गल्ला ना बरकत ही कोनी एक को गल जवाब दे मैं जैनब तेरे नाल बजे ने जर आई हम नहीं चाहिए सत्तर नहीं ਦਾਕੀ ਨਾ ਮੈਂ ਅਲੀ ਦੀ ਦੀ ਤਰ ਨਾਲ ਮੇਰੇ ਸ਼ਬੀਰਾ ਤੇ ਭੈਣ ਤੇਰੇ ਤੋਂ ਬਗੈਰ ਮੇਰਾ ਮਿਸ਼ਨ ਅਧੂਰਾ ਹੈ ਭੈਣ ਤੋਂ ਨਾਲ ਨਾ ਹੋਵੇ ਤਾਂ ਮਿਸ਼ਨ ਅਧੂਰਾ ਹੈ ਮਗਰ ਮੈਂ ਹੱਬਾ ਦੀ ਸ਼ਰੀਕਤ ਅਗਰ ਚਾਚੇ ਜਾਇਆ ਇਜਾਜ਼ਤ ਦੇਵੇ ਵਕਤ ਮੈਂ ਨਾਲ ਘਿਰ ਵੇ ਸਭੀ ਵੀ ਅਲੀ ਹੁਸੈਨ ਦਸਾ ਦਰਬਾਰ ਤੇ ਕਿੰਨਾ ਟਾਈਮ ਲੱਗੇ ਸ਼ਬੀਰਾ ਤੇ ਭੈਣ 3 ਘੰਟੇ ਵੀ ਬੇਗੀ 3 ਘੰਟਿਆਂ ਦਾ ਨਾਲ ਇੱਕ ਲਾਲਾ ਇੱਥਾਂ ਹੀ ਖਾੜ ਪੇ ਖਾਲੀ ਬੰਦੀ ਮਾਂ ਦਾ ਪੁੱਤਰ ਨੇ ਹੁਸੈਨ ਮੰਗ ਦੁਆ ਇਨਸ਼ਾਅੱਲਾ ਮੈਨੂੰ ਇਜਾਜ਼ਤ ਲੱਭ ਪਵੇ ਸ਼ਬੀਰ ਖੜ ਗਏ ਨਲੀ ਦੀ ਧੀ ਆਪਣੇ ਪੇਕੇ ਵੇਲੇ ਜੋ ਸਾਹਮਣੇ ਵੇੜੇ ਦੇ ਪਾਸੇ ਹੋ ਗਈ ਸਾਹਮਣੇ ਵੇੜੇ ਜਾ ਕੇ ਪਾਗ ਬੀਬੀ ਕਲੀਨ ਹਟਾ ਕੇ ਮਿੱਟੀ ਤੇ ਲੈ ਗਏ ਸਰਕਾਰੇ ਅਬਦੁੱਲਾ ਦੀਆਂ ਦੋ ਧੀਆਂ ਕੋਲ ਦੀਆਂ ਪਿਓ ਕੋਲ ਆਈਆਂ ਮੋਢਾ ਹਿਲਾ ਕੇ ਦਿਨ ਬਾਬਾ ਬਾਬਾ ਬੇਸ਼ੱਕ ਤੂੰ ਵੀ ਅਮੀਰ ਹੋਸੇ ਬਾਬਾ ਗਰੀਬ ਦੀ ਧੀ ਸਾਡੀ ਮਾਂ ਦੀ ਕੋਈ ਨਹੀਂ ਅਬ ਵੇਖ ਨਾ ਕਿਤੇ ਵੇਲੇ ਦੀ ਸਾਡੀ ਮਾਂ ਮਿੱਟੀ ਤੇ ਬੈ ਕੇ ਰੋਂਦੀ ਪਈ ਹੈ ਅਬਦੁੱਲਾ ਸ਼ੇਨ ਚਾ ਔਖੇ ਬਿਮਾਰੀ ਦੇ ਬਿਸਤਰ ਤੋਂ ਉੱਠੇ ਬਿਮਾਰੀ ਦੇ ਬਿਸਤਰ ਤੋਂ ਉੱਠ ਕੇ ਸਰਕਾਰੀ ਅਬਦੁੱਲਾ ਦੇ ਨਾਲ ਲਈ ਦੀ ਧੀ ਪਾਕ ਮੌਲਮਾ ਨਹੀਂ ਹੋਣਾ ਖੱਲੇ ਸੇ ਹੰਜੀ ਰੁੜ ਦੇ ਪਏ ਸਿਰ ਝੁਕਾ ਕੇ ਬੈਠੇ ਸਰਕਾਰੀ ਅਬਦੁੱਲਾ ਫਿਰ ਆਖਿਆ ਲਈ ਦੀ ਧੀ ਪਾਕ ਬੀਬੀ ਨਹੀਂ ਬੋਲਦਾ ਮੈਂ ਵੇਖ ਸ਼ੁਰੂ ਪੇ ਕਰਦਾ ਕਿ ਹੁਣ ਸਰਕਾਰੀ ਅਬਦੁੱਲਾ ਦੇ ਚਾਚੇ ਜਾਈ ਪਾਕ ਮੌਸਮ ਸਿਰ ਚਾਇਆ ਜੀ ਚਾਚੀ ਆਇਆ ਫਰਮਿੰਦੇ ਨੇ ਮਿੱਟੀ ਤੇ ਬਹਿ ਕੇ ਰੋਂਦੀ ਕਿਉਂ ਤੇ ਦਾਖੇ ਨੇ ਮਿੱਟੀ ਤੇ ਬਹਿ ਕੇ ਰੋਂਦੀ ਕਿਉਂ ਪਾਕ ਮੌਜਮਾ ਹੁਣ ਫਿਰ ਨਹੀਂ ਬੋਲੇ ਸਰਕਾਰੀ ਅਬਦੁੱਲਾ ਡਿੱਠਾ ਚਾਚੇ ਜਾਈ ਦੇ ਪਾਸੇ ਹੱਕਲ ਮਾਰੀ ਸਰਕਾਰੀ ਅਬਦੁੱਲਾ ਹੱਕਲ ਮਾਰ ਗਿਆ ਦੇ ਨੇ ਚਾਚੇ ਜਾਈ ਅੱਲਾ ਦੇ ਨਾਂ ਤੇ ਦਸਾ ਗਾਜ਼ੀ ਦੇ ਜੀਤਿਆ ਮਿੱਟੀ ਤੇ ਬਹਿ ਕਿਉਂ ਗਈਏ ਮਾਤਮੀਆ ਹੁਣ ਮਾਤਮ ਦੀ ਸਦਾ ਆਉਣੀ ਚਾਹੀਦੀ ਹੈ ਪਾਕ ਬੀਬੀ ਆ ਦੀ ਚਾਚ ਜਾਇਆ ਜਿਹੜੇ ਬੰਦੇ ਨਾਵੇਂ ਨੋ ਮਿੱਟੀਆਂ ਤੇ ਬਹਦੇ ਅੱਲਾ ਦਾ ਰੋਜ ਦਾ ਕੇ ਚਾਚ ਜਾਇਆ ਜਿਹੜੇ ਮੰਗੇ ਨਾਵੇਂ ਨੋ ਮਿੱਟੀਆਂ ਤੇ ਬਹਦੇ ਹੁਣ ਸਰਕਾਰ ਅਬਦੁੱਲਾ ਪਿਆ ਦੇ ਚਾਚ ਜਾਈ ਜਲਦੀ ਕਰ ਮਿੱਟੀ ਛੋੜ ਮਤਾ ਮੇਰੇ ਵਿਹੜੇ ਚ ਗਾਜ਼ੀ ਆ ਜਾਵੇ ਅਗਰ ਗਾਜ਼ੀ ਦੀ ਤੱਕ ਪੈ ਗਈ ਉਹ ਮੇਰੇ ਮਾਫ ਨਾ ਕਰੇ ਸੀ ਪੇਕੇ ਗਰੀਬ ਹੋਵੇ ਨਾ ਹੱਕਲ ਮਾਰ ਗਿਆ ਲਈ
मेरे तो सवाल करो कि अली दी देह आठ बाबा जी वो संदूक खोलिया जिस जमाल सड़ी हुई चादर चादर जाके दो पुत्रा ने चोले चाक अब्दुल्ला दे सामने आई है अकल मार क्या दिए जाके जाया एक चादर चाहिए अब्दुल्ला दे दुआ प्रमंगना शालाइया पाच को